ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਧਰਮਾ ਹਰਿਓ ਅਰੰਗ ਪੰਜਾਬ ਦੇ ਯੂਟਿਊਬ ਚੈਨਲ ਤੋਂ ਆਪ ਸਭ ਦਾ ਸਵਾਗਤ ਕਰਦਾ। ਸੋ ਅੱਜ ਮੇਰੇ ਨਾਲ ਨੇ ਖੇਡ ਕਬੱਡੀ ਦੇ ਪ੍ਰਸਿੱਧ ਧਾਵੀ ਆਪਣੇ ਸਮੇਂ ਦੇ ਸਰਦਾਰ ਜਸਵੀਰ ਸਿੰਘ ਜੀ, ਜਿਨ੍ਹਾਂ ਨੂੰ ਖੇਡ ਗਰਾਊਂਡਾਂ ਦੇ ਵਿੱਚ ਪੰਮਾ ਬਵਾਣੀ ਦੇ ਨਾਂ ਕਰਕੇ ਜਾਣਿਆ ਜਾਂਦਾ ਸੀ, ਜਿਨ੍ਹਾਂ ਦਾ ਪਿੰਡ ਬਵਾਣੀ, ਜ਼ਿਲ੍ਹਾ ਲੁਧਿਆਣਾ। ਆਓ ਫਿਰ ਅੱਜ ਆਪਾਂ ਪੰਮਾ ਬਵਾਣੀ ਜੀ ਦੇ ਨਾਲ ਕਰਦੇ ਹਾਂ ਗੱਲਬਾਤ। ਹਾਂਜੀ ਬਾਈ ਜੀ, ਸਭ ਤੋਂ ਪਹਿਲਾਂ ਸਾਡੇ ਚੈਨਲ ਦੇ ਵੱਲੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ, ਅਤੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਕੀ ਹਾਲ ਚਾਲ ਨੇ ਤੁਹਾਡੇ? ਹਾਲ ਚਾਲ ਬਿਲਕੁਲ ਠੀਕ ਆ ਜੀ। ਜੀ ਸੋ ਅੱਜ ਆਪਾਂ ਗੱਲਾਂ ਬਾਤਾਂ ਕਰਾਂਗੇ ਤੁਹਾਡੀ ਜ਼ਿੰਦਗੀ ਦੀਆਂ, ਅਤੇ ਕਿੰਨੇ ਸਾਲ ਕਬੱਡੀ ਖੇਡੀ ਅਤੇ ਕਿਸ ਤਰ੍ਹਾਂ ਦਾ ਰਿਹਾ ਤੁਹਾਡਾ ਕਬੱਡੀ ਦਾ ਸਫ਼ਰ। ਸੋ ਸਭ ਤੋਂ ਪਹਿਲਾਂ ਤੁਸੀਂ ਆਪਣੇ ਜਨਮ ਬਾਰੇ ਦੱਸੋ ਜੀ, ਤੁਹਾਡਾ ਜਨਮ ਕਦੋਂ ਹੋਇਆ ਸੀ? ਮੇਰਾ ਜਨਮ ਜੀ 15/4/1971 ਦਾ ਜੀ, ਅਤੇ ਮਾਤਾ ਜੀ ਦਾ ਨਾਂ ਅਮਰ ਕੌਰ, ਪਿਤਾ ਜੀ ਦਾ ਨਾਮ ਸਰਦਾਰ ਸਾਧੂ ਸਿੰਘ ਜੀ। ਜੀ ਅਤੇ ਅਸੀਂ ਚਾਰ ਭਰਾ ਜੀ, ਇੱਕ ਭੈਣ ਆ ਸਾਡੀ ਜੀ, ਅਤੇ ਜਿਨ੍ਹਾਂ 'ਚੋਂ ਸਾਡਾ ਛੋਟਾ ਭਾਈ ਆ, ਉਹਨਾਂ ਦੀ ਕੁਛ ਚਲੋ ਪ੍ਰੋਬਲਮ ਸੀ ਜੀ, ਉਹਨਾਂ ਦੀ ਡੈਥ ਹੋ ਚੁੱਕੀ ਆ ਜੀ। ਹਾਂਜੀ ਜੀ। ਅੱਛਾ ਬਾਈ, ਪੜ੍ਹਾਈ ਕਿੱਥੋਂ ਤੱਕ ਕੀਤੀ ਤੁਸੀਂ? ਮੈਂ ਜੀ ਪੜ੍ਹਾਈ ਕੀਤੀ ਆ 10ਵੀਂ ਤੱਕ ਦਾ ਜੀ, ਆਪਣੇ ਸਰਕਾਰੀ ਵਾਲੀ ਸਕੂਲ ਬਵਾਣੀ 'ਚ ਪੜ੍ਹਿਆ ਜੀ। ਜੀ ਅਤੇ ਉਦੋਂ ਬਾਅਦ ਫਿਰ 1/2 ਇਹ ਮਾਲਵਾ ਕਾਲਜ ਬੌਂਗਲੀ ਤੋਂ ਕੀਤੀ ਹੈ ਜੀ। ਅੱਛਾ ਬਾਈ ਜੀ, ਫਿਰ ਕਬੱਡੀ ਵੱਲ ਕਿਵੇਂ ਆਏ ਤੁਸੀਂ? ਕਿਹਨਾਂ ਨੇ ਪ੍ਰੇਰਿਤ ਕੀਤਾ ਸੀ, ਜਾਂ ਆਪ ਨੂੰ ਸ਼ੌਂਕ ਜਾ ਕੇ ਕਿਸੇ ਖਿਡਾਰੀ ਨੂੰ ਵੇਖ ਕੇ ਕਬੱਡੀ ਖੇਡਣ ਲੱਗੇ ਸੀ? ਮੈਂ ਵੀਰੇ ਐਂ ਸੀਗਾ, ਪਹਿਲਾਂ ਤਾਂ ਖੇਡਦਾ ਸੀ ਖੋ ਖੋ, ਪ੍ਰਾਇਮਰੀ ਸਕੂਲ 'ਚ ਵੀ ਖੇਡਦਾ, ਅਤੇ 10ਵੀਂ ਕਲਾਸ ਤੱਕ ਵੀ ਮੈਂ ਖੋ ਖੋ ਹੀ ਖੇਡਿਆ ਜੀ। ਅਤੇ ਸਾਡੇ ਪਿੰਡ ਦੇ ਵੱਡੇ ਸੀਗੇ ਮੁੰਡੇ, ਉਹਨਾਂ ਨੂੰ ਵੇਖ ਕੇ ਉਹ ਕਬੱਡੀ ਖੇਡਦੇ ਸੀ, ਅਤੇ ਉਹਨਾਂ ਨੂੰ ਵੇਖ ਕੇ ਨਾਲ ਇਹ ਸ਼ੌਕ ਪੈਦਾ ਹੋ ਗਿਆ ਜੀ, ਅਤੇ ਹੌਲੀ ਹੌਲੀ ਖੇਡਣ ਲੱਗ ਗਏ ਜੀ। 32 ਕਿੱਲੋ, 37 ਕਿੱਲੋ, 42, 47 ਸਾਰੀਆਂ ਖੇਡਦੇ ਖੇਡਦੇ ਜੀ, ਸਾਡਾ 9 ਜਾ ਕੇ ਬਣਿਆ ਜੀ 62 ਕਿੱਲੋ ਕਬੱਡੀ 'ਚ ਜੀ। ਮੰਨ ਲਓ ਤੁਸੀਂ 90-90 'ਚ ਜੀ। ਹਾਂ ਜੀ, ਫਿਰ ਉਸ ਤੋਂ ਬਾਅਦ ਫਿਰ 91-92 'ਚ ਓਪਨ ਲੱਗ ਗਏ ਖੇਡਣ। ਅਤੇ ਓਪਨ ਕਬੱਡੀ ਫਿਰ ਕਿਹੜੀਆਂ ਕਿਹੜੀਆਂ ਟੀਮਾਂ ਦੇ ਵਿੱਚ ਅਤੇ ਕਿਹੜੇ ਕਿਹੜੇ ਖਿਡਾਰੀਆਂ ਨਾਲ ਖੇਡਦੇ ਤੁਸੀਂ? ਨਹੀਂ ਜੀ, ਟੀਮਾਂ ਨਹੀਂ, ਟੀਮ ਤਾਂ ਸਾਡੀ ਬਵਾਣੀ ਦੀ ਸੀਗੀ ਜੀ। ਆਪਦੀ ਪਲੇਅਰ ਜਿਵੇਂ ਵੀਰਾ ਹੋ ਗਿਆ ਅੰਗਰੇਜ਼ ਜਿਹੜਾ ਇਹ 'ਚ ਆ, ਵੀਰਾ ਭਿੰਦਰ ਨਮੇ ਪਿੰਡੀਆ ਜੀ, ਰਾਜੀ ਬਿਰਧਨੋਂ, ਨਿੰਮਾ ਕੰਗਣਾਲ, ਦਿਲਵਰ ਝਨੇਰ ਜੀ, ਇੱਦਾਂ ਦੇ ਜਿਹੜੇ ਟੋਪ ਦੇ ਜੀ, ਪੰਜਰੁੱਖੇ ਵਾਲਾ ਗੋਗਾ, ਜਿਹੜੇ ਟੋਪ ਦੇ ਪਲੇਅਰ ਸੀਗੇ, ਸਭ ਨਾਲ ਇਕੱਠੇ ਖੇਡਿਆ ਜੀ ਅਸੀਂ ਜੀ। ਹਾਂਜੀ, ਵਾਹ ਜੀ ਵਾਹ। ਅਤੇ ਗੱਲ ਕਰੀਏ ਆਪਾਂ ਤੁਹਾਡੇ ਪਿੰਡ ਦੀ ਟੀਮ ਦੀ, ਅਤੇ ਪਿੰਡ ਦੇ ਖਿਡਾਰੀ ਕਿਹੜੇ ਸੀ, ਅਤੇ ਤੁਹਾਡੀਆਂ ਪੰਜਾਬ ਦੀਆਂ ਗੱਲ ਕਰੀਏ ਵੀ ਕਿਹੜੀਆਂ ਟੀਮਾਂ ਸੀ ਜਿਹਦੇ ਨਾਲ ਤੁਹਾਡੇ ਮੈਚ ਖੜਕਦੇ ਸੀ ਓਪਨ ਦੇ? ਪਲੇਅਰ ਤਾਂ ਐਂ ਸੀਗਾ ਵੀਰੇ, ਸਾਡੇ ਪਿੰਡ ਦੇ ਮੁੰਡੇ ਸੀ, ਮੇਰਾ ਯਾਰ ਦੋਸਤ ਆ ਸਾਰੇ, ਜਗਰੂਪ ਰੂਪ, ਆ ਮੁੰਡਾ ਆਪਣਾ ਗਵਾਂਢੀ ਆ ਬੱਗਾ ਜੀ, ਜਿਹਨੂੰ ਸਾਰੇ ਜਾਣਦੇ ਹੀ ਨੇ, ਟੋਪ ਦਾ ਜਾਫੀ ਸੀਗਾ ਜੀ, ਬਹਾਦਰ ਬਾਬਾ ਜੀ। ਅਤੇ ਉਸ ਟਾਈਮ ਦੇ ਪਲੇਅਰ ਜਿਵੇਂ ਆ ਤੁਹਾਨੂੰ ਮੈਂ ਪਹਿਲਾਂ ਦੱਸ ਕੇ ਹਟਿਆ ਜੀ, ਅੰਗਰੇਜ਼ ਵੀਰਾ ਹੋ ਗਿਆ, ਲੈਚਿਆਂ ਵਾਲਾ, ਦਿਲਬਰ ਝਨੇਰ, ਕੰਗਣ ਵਾਲੀਆ ਨਿੰਮਾ, ਅਤੇ ਰਾਜੀ ਬਿਰਧਨੋਂ, ਘਰਾਚੋਂ ਵਾਲਾ ਸੋਮਾ, ਇਹ ਸਭ ਇੱਕੋ ਟਾਈਮ ਦੇ ਆ ਜੀ ਅਸੀਂ ਸਾਰੇ ਜੀ, ਉਹ ਟਾਈਮ ਦੇ ਟੋਪ ਪਲੇਅਰ ਜਿਹੜੇ ਸੀਗੇ। ਮੇਰੇ ਪੁੱਛਣ ਦਾ ਮਤਲਬ ਇਹ ਹੈ ਜੀ ਕਿ ਤੁਸੀਂ ਜਿਹੜੇ ਪਿੰਡ ਦੀ ਟੀਮ ਜਦੋਂ ਤੁਹਾਡੀ ਬਣਾਉਂਦੇ ਸੀ ਨਾ ਜੀ, ਅਤੇ ਜਦੋਂ ਟੂਰਨਾਮੈਂਟਾਂ ਦੇ ਖੇਡਣ ਜਾਂਦੇ ਸੀ, ਅਤੇ ਕਿਹੜੀਆਂ ਟੀਮਾਂ ਨਾਲ ਤੁਹਾਡੇ ਜਿਹੜੇ ਮੈਚ ਜਿਹੜੇ ਫਸਦੇ ਹੁੰਦੇ ਸੀ? ਆਦੇ ਫਸਦਾ ਜ਼ਿਆਦਾਤਰ ਜੀ ਸਾਡਾ ਜਿਵੇਂ ਝਨੇਰ ਹੋ ਗਿਆ, ਕੰਗਣ ਨਾਲ ਹੋ ਗਈ, ਬਿਰਧਨੋਂ, ਅਤੇ ਪੰਜਰੁੱਖਾ ਜੀ, ਵੀਰਾ ਅੰਗਰੇਜ਼ ਜਿਹੜਾ ਐਚੇ ਵਾਲਾ ਹੋ ਗਿਆ, ਇਹਨਾਂ ਨਾਲ ਜ਼ਿਆਦਾ ਮੈਚ ਲੱਗਦੇ ਸੀ ਸਾਡੇ ਜੀ। ਹਾਂਜੀ, ਵਾਹ ਜੀ ਵਾਹ। ਅੱਛਾ, ਇਸ ਤੋਂ ਬਾਅਦ ਤੁਸੀਂ ਹੋਰ ਆਪਾਂ ਗੱਲ ਕਰ ਲਈਏ ਪਿੰਡ ਤੋਂ ਬਿਨਾਂ, ਹਾਂਜੀ, ਹੋਰ ਕਿਹੜੀਆਂ ਟੀਮਾਂ ਦੇ ਵਿੱਚ ਖੇਡੇ ਹੋ ਆਲ ਦੇ ਮੈਚ? ਆਲ ਦੇ ਮੈਚ ਤਾਂ ਜੀ ਮੈਂ ਮਾਲਵਾ ਕਾਲਜ ਬੌਂਦਲੀ, ਅਤੇ ਬਿਜਲੀ ਬੋਰਡ ਜੀ, ਅਤੇ ਥੋੜ੍ਹੇ ਮੈਚ ਤੋਂ ਕੁਛ ਕੁ ਇਹਨਾਂ ਦੀ ਹੁੰਦੀ ਸੀ, ਹਰਜੀਤ ਬਰਾੜ ਹੋਣਾ ਜੀ ਟੀਮ ਬਣੀ ਹੋਈ ਜੀ, ਚੈਨ ਸਿੱਧਵੇਂ ਉਹਨਾਂ ਦੀ ਬਣਾਈ ਹੁੰਦੀ ਸੀਗੀ ਜੀ, ਉਹਨਾਂ ਵੱਲੋਂ ਵੀ ਖੇਡਿਆ ਜੀ ਜੀ। ਹਾਂਜੀ, ਵਾਹ ਜੀ ਵਾਹ। ਅਤੇ ਤੁਹਾਡਾ ਫਿਰ ਬਾਹਰਲੇ ਮੁਲਕ ਦਾ ਸਬੱਬ ਨਹੀਂ ਬਣਿਆ ਕੋਈ? ਬਣਿਆ ਵੀਰੇ, ਬਣਿਆ ਜੀ, ਸੀਗੀ 92-93 ਦੀ ਗੱਲ ਹੈ ਵੀਰੇ, ਉਹ ਮੈਨੂੰ ਰਿਫਿਊਜ਼ ਹੋ ਗਿਆ ਸੀਗਾ ਜੀ, ਮੈਂ ਥੋੜ੍ਹੀ ਜਿਹੀ ਬੈਂਕ ਬੈਲੈਂਸ ਦੀ ਪ੍ਰੋਬਲਮ ਆ ਗਈ ਸੀਗੀ, ਸਾਨੂੰ ਪਤਾ ਨਹੀਂ ਸੀਗਾ ਜੀ ਉਹ ਗੱਲ ਦਾ, ਅਤੇ ਉਦੋਂ ਬਾਅਦ ਮੁੜ ਕੇ ਬਣਿਆ ਜੀ, ਮਤਲਬ ਵੀਜ਼ਾ ਰਿਫਿਊਜ਼ ਹੋ ਗਿਆ ਤੁਹਾਡਾ? ਹਾਂ, ਵੀਜ਼ਾ ਰਿਫਿਊਜ਼ ਹੋ ਗਿਆ ਸੀਗਾ ਜੀ। ਕਿਹੜੇ ਸਨ 'ਚ ਜੀ, ਕਿਹਨੇ ਪੇਪਰ ਪਾਈ ਤੁਹਾਡੇ? ਪੇਪਰ ਤਾਂ ਜੀ ਮੇਰੇ ਖਿਆਲ 'ਚ ਹੁਣ ਨਹੀਂ ਮੇਰੇ ਦਿਮਾਗ 'ਚ ਸੀਗਾ ਜੀ, ਮੈਂ ਇਹਨਾਂ ਨੇ ਸਾਡੇ ਕੋਚ ਸਾਹਿਬ ਸੀ ਦੇਵੀ ਦਿਆਲ ਜੀ, ਕੁੱਬੀ ਵਾਲਿਆਂ ਨੇ, ਇਹਨਾਂ ਨੇ ਪਵਾਏ ਸੀ ਜੀ ਕਿਤੇ ਜੀ। ਹਾਂਜੀ, ਅਤੇ ਉਸ ਤੋਂ ਬਾਅਦ ਦੁਬਾਰਾ ਵੀ ਕੋਈ ਸਪੋਂਸਰ ਵੀ ਨਹੀਂ ਆਈ, ਅਤੇ ਤੁਹਾਡਾ ਵੀਜ਼ਾ ਤਾਂ ਲੱਗਣੀ ਗਈ ਸੀ? ਹਾਂਜੀ, ਨਾ ਜੀ, ਨਾ ਹੀ ਆਈ, ਇਸੇ ਕਰਕੇ ਮਾਰ ਪੈ ਗਈ ਤੁਹਾਨੂੰ ਯਾਦ? ਹਾਂਜੀ, ਹਾਂ ਜੀ ਜੀ। ਅੱਛਾ ਬਾਈ ਜੀ, ਫਿਰ ਤੁਹਾਡੀ ਜ਼ਿੰਦਗੀ ਦੇ ਯਾਦਗਾਰੀ ਮੈਚਾਂ ਦੀ ਗੱਲ ਕਰੀਏ ਉਸ ਟਾਈਮ ਦੇ। ਉਸ ਟਾਈਮ ਤਾਂ ਜੀ ਜਦੋਂ ਤਰੀਕਿਆਂ ਵਾਲਾ ਮੈਚ ਜਿੱਦਾਂ ਹੋ ਗਿਆ ਸਾਡਾ ਲੱਗਿਆ ਸੀਗਾ ਬਿਜਲੀ ਬੋਰਡ ਨਾਲ ਜੀ, ਮੈਂ ਹਰਜੀਤ ਬਰਾੜ ਉਹਨਾਂ ਇਹਨਾਂ ਵੱਲੋਂ ਖੇਡਦਾ ਸੀਗਾ ਜੀ, ਅਤੇ ਤੁਹਾਡੇ ਦਿੜਬੇ ਹੋ ਗਿਆ,
ਲੱਗਿਆ ਸੀਗਾ ਸੁਰਖਪੁਰ ਨਾਲ ਜੀ, ਇਦਾਂ ਦਾ ਕਢੋਟੀ ਹੋ ਗਿਆ, ਸੁਰਖਪੁਰ ਨਾਲ ਖੇਡੀ ਅਸੀਂ ਹਰਾਈ ਟੀਮ ਉਹ, ਤੇ ਉੱਥੇ ਤੁਹਾਡੇ ਦਿੜਬੇ ਤੇ ਕੁਛ ਪ੍ਰੋਬਲਮ ਹੋ ਗਈ ਸੀਗੀ ਜੀ, ਅਸੀਂ ਮੈਚ ਜਿੱਤਦੇ ਸੀਗੇ ਜੀ, ਇੱਦਾਂ ਦੀ ਬਹੁਤ ਮੈਚ ਆ ਜੀ ਜੀ, ਹਾਂਜੀ, ਪੰਜਰੁੱਖਿਆਂ ਦੀ ਟੀਮ ਫੁੱਲ ਟੌਪ ਹੁੰਦੀ ਸੀਗੀ, ਇਹਨਾਂ ਨਾਲ ਟੌਪ ਦੇ ਮੈਚ ਲੱਗਦੇ ਰਹੇ ਸਾਡੇ ਜੀ, ਵੀਰ ਅੰਗਰੇਜ਼ ਜਿਹੜਾ ਇੱਥੇ ਹੋਣੀ ਹੋ ਗਈ, ਇਹਨਾਂ ਨਾਲ ਲੱਗਿਆ ਵਧੀਆ ਮੈਚ, ਟੌਪ ਪਲੇਅਰ ਹੁੰਦੇ ਜੀ ਉਹ ਟਾਈਮ 'ਤੇ ਜੀ ਇਹ ਜੀ ਜੀ, ਹਾਂਜੀ। ਅੱਛਾ, ਇੱਕ ਮੈਚ ਦੇ ਵਿੱਚ ਕਿੰਨੀਆਂ ਕੁ ਕਬੱਡੀਆਂ ਪਾ ਦਿੰਦੇ ਤੁਸੀਂ? ਉਹ ਟਾਈਮ ਲਾ ਲਓ ਜੀ ਕਿੰਨਾ ਹੁੰਦਾ ਜੀ ਵੀਰੇ, 20-25 ਦਾ ਟਾਈਮ ਜਾਂ 15-15 ਦਾ ਟਾਈਮ, ਹਾਂਜੀ, ਇੱਕ 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 ਰੇਡਰ ਹੁੰਦਾ ਸੀਗਾ ਸਾਰੇ ਟੀਮਾਂ 'ਚ, ਕਿਸੇ 'ਚ ਕੀ ਕਹਿਣਾ, ਜਿੱਦਾਂ ਕੰਗਣਾਲ ਸੀਗੀ ਇਹਨਾਂ 'ਚ ਦੋ ਰੇਡਰ ਸੀਗੇ ਗੋਲੂਆਰ ਨਿੰਮਾ, ਨਹੀਂ ਸਾਰਿਆਂ ਕੋਲ ਇੱਕ ਇੱਕ ਰੇਡਰ ਹੁੰਦਾ ਸੀ, ਇਕੱਲੇ ਨੂੰ ਹੀ ਪਾਉਣੀ ਪੈਂਦੀ ਸੀ ਕੌਡੀ ਜੀ, ਲਾ ਕੇ ਦੇਖ ਲਓ ਜੀ ਕਿੰਨੀਆਂ ਬਣਦੀਆਂ ਹੋਣਗੀਆਂ ਕੌਡੀਆਂ, ਹਾਂਜੀ ਹਾਂਜੀ, ਇਕੱਲੇ ਇਕੱਲੇ ਪਾਉਂਦੇ ਸੀਗੇ ਸਾਰੇ ਜੀ ਜੀ। ਅੱਛਾ, ਇੱਥੇ ਗੱਲ ਚੱਲੀ ਸੀ ਬਾਈ ਜੀ ਹਰਜੀਤ ਬਰਾੜ ਦੀ, ਅਤੇ ਉਹਨਾਂ ਨਾਲ ਤੁਸੀਂ ਉਹੀ ਮੈਚ ਖੇਡਿਆ ਸੀ ਕਿ ਹੋਰ ਮੈਚ ਵੀ ਉਹਨਾਂ ਦੇ ਨਾਲ ਲਵਾਏ ਆ? ਉਹਨਾਂ ਨਾਲ ਤਾਂ ਜੀ ਉਹੀ ਤਰੀਕੇ ਵਾਲਾ ਹੀ ਆ ਮੇਰੇ ਖਿਆਲ 'ਚ, ਇੱਕ ਤਾਂ ਹੋਰ ਦਿਮਾਗ 'ਚ ਨਹੀਂ ਆਉਂਦਾ ਜੀ, ਉਹਨਾਂ ਦੇ ਵਿਰੁੱਧ ਵੀ ਖੇਡਿਆ ਜੀ ਮੈਂ, ਬਿਜਲੀ ਬੋਰਡਾਂ ਨਹੀਂ ਹਾਂ ਜੀ, ਹਾਂਜੀ ਜੀ। ਅਤੇ ਆੜੀ ਕਿੰਨੀ ਕੁ ਪੈ ਗਈ ਸੀ ਤੁਹਾਡੀ ਹਰਜੀਤ ਬਰਾੜ ਨਾਲ? ਨਹੀਂ ਵੀਰੇ, ਇੰਨੇ ਲਿੰਕ ਨਹੀਂ ਸੀਗੇ, ਮਤਲਬ ਜਿੱਦਾਂ ਚਾਇਨਾ ਸਿੱਧਮਾ ਵੀਰਾ ਇਹਨਾਂ ਨਾਲ ਸੀਗੇ ਕੁਛ ਲਿੰਕ ਮੇਰੇ, ਬੈਲੀ ਬੋਲੀ ਉਹਨਾਂ ਨਾਲ, ਅਸੀਂ ਮਿਲਦੇ ਮੁਲਦੇ ਰਹਿੰਦੇ ਸੀ ਪਿੰਡ ਬਾਰ ਦੇ ਮੈਚ, ਇਹਨਾਂ ਨਾਲ ਖੇਡਦਾ ਸੀ ਮੈਂ ਬੈਲੀ ਉਹਨਾਂ ਨਾਲ, ਇਹਨਾਂ ਨਾਲ ਸੀਗੇ ਜੀ, ਹਰਜੀਤ ਨਾਲ ਥੋੜ੍ਹੇ ਲਿੰਕ ਸੀਗੇ ਜੀ, ਜੀ ਘੱਟ ਸੀ ਤੁਹਾਡਾ? ਹਾਂਜੀ ਹਾਂ ਜੀ ਜੀ। ਅੱਛਾ ਬਾਈ ਜੀ, ਤੁਸੀਂ ਜਿਵੇਂ ਪਹਿਲਾਂ ਦੱਸਿਆ ਇੱਕ ਮੈਚ ਦੇ ਵਿੱਚ ਲਗਾਤਾਰ ਕਬੱਡੀਆਂ ਪਾਉਂਦੇ, ਹਾਂਜੀ, ਅਤੇ ਉਸ ਟਾਈਮ ਦਾ ਕੋਈ ਜਾਫੀ ਜਿਹਦੇ ਨਾਲ ਤੁਹਾਡੀ ਜ਼ਿਆਦਾ ਭੜੰਤ ਹੁੰਦੀ ਹੋਵੇ, ਜਾਂ ਜਿਹਨਾਂ ਨੂੰ ਤੁਸੀਂ ਆਪਾਂ ਇਹ ਕਹਿ ਲਈ ਵੀ ਜ਼ਿਆਦਾ ਖੱਜਲ ਜਿਹਾ ਕੀਤਾ? ਉਹ ਖੱਜਲ ਕਰਦਾ ਸੀਗਾ ਜੀ, ਜਿੱਦਾਂ ਢੈਪੀ ਵਾਲਾ ਮਾਟਾ ਉਹ, ਅਤੇ ਮੁੰਡਾ ਮਰ ਗਿਆ ਪੰਜਰੁੱਖੇ ਦਾ, ਅਤੇ ਉਹ ਸੀਗਾ ਜੀ ਭਾਟਾ ਜੀ, ਅਤੇ ਉਹ ਟਾਈਮ 'ਚ ਹੋਰ ਦਿਲਬਰ ਦੀ ਟੀਮ ਵਧੀਆ ਸੀਗੀ ਜੀ, ਤੁਹਾਡੀ ਘਰਾਚੋ ਦੀ ਟੀਮ ਵਧੀਆ ਸੀ, ਸਾਰੇ ਪਲੇਅਰ ਵਧੀਆ ਸੀਗੇ ਜੀ, ਦਰਸ਼ਨ ਦੋਸ਼ਨ ਹੋਣੀ ਸਾਰੇ, ਹਾਂਜੀ ਹਾਂਜੀ, ਹਾਂ ਜੀ, ਪੂਰੇ ਬਰਾਬਰ ਦੇ ਸੀਗੇ ਸਾਰੇ ਜੀ ਜੀ, ਹਾਂਜੀ, ਮਤਲਬ ਜ਼ਿਆਦਾ ਤੁਹਾਨੂੰ ਜਿਹੜਾ ਤੰਗ ਕੀਤਾ ਉਹ ਮਾਟੇ, ਉਹ ਮਾਟੇ ਨੇ ਢੈਪੀ ਵਾਲੇ ਨੇ ਕੀਤਾ ਜੀ ਜੀ, ਹਾਂਜੀ। ਅਤੇ ਫਿਰ ਉਹਨਾਂ ਟਾਈਮਾਂ ਦੇ ਵਿੱਚ ਗੱਲ ਕਰੀਏ, ਤੁਹਾਡੀ ਰੇਟ 'ਤੇ ਪੈਸੇ ਲੱਗੇ ਕਿਤੇ ਜੀ? ਪੈਸੇ ਲੱਗਦੇ ਸੀਗੇ ਜੀ, ਉਹ ਟਾਈਮਾਂ ਜੀ 100-150 ਜੀ, ਇੱਕ ਵਾਰ ਕਦੋਂ ਲੱਗਿਆ ਸੀਗਾ ਜੀ 500 ਰੁਪਈਆ ਜੀ, ਹਾਂ ਸਾਡਾ ਗੁਆਂਢੀ ਪਿੰਡ ਆ ਜੀ ਕਦੋਂ, ਚਲੋ ਉਹ ਮੈਨੂੰ ਮਿਲ ਵੀ ਗਿਆ ਸੀਗਾ, ਅਸੀਂ ਜਿੱਤ ਵੀ ਗਏ ਸੀ ਮੈਂ ਸਾਰੇ ਜੀ, ਹਾਂਜੀ, ਉਹ ਟਾਈਮ ਤਾਂ ਇੰਨਾ ਕੁ ਹੁੰਦਾ ਸੀਗਾ ਜੀ। ਕਦੋਂ ਦੀ ਗੱਲ ਹੈ ਜੀ ਇਹ? ਗੱਲ ਹੋਊ ਜੀ, ਅਸੀਂ ਉਹ ਮੈਚ ਸੀ, ਹਾਂ ਓਪਨ ਦਾ ਉਹ ਹੋ ਜੀ 92-92 ਦੀ ਗੱਲ ਜੀ, ਹਾਂਜੀ। ਅਤੇ ਬੈਸਟ ਰੇਡਰ ਫਿਰ ਤੁਸੀਂ ਬਣੇ ਕਿੰਨੇ ਕੁ ਵਾਰੀ? ਉਹ ਟਾਈਮ ਨਹੀਂ ਜੀ, ਬੈਸਟ ਬੂਸਟ ਐਡਾ ਦੇਖਦੇ, ਮਿਲਦੀਆਂ ਤਾਂ ਟਰੋਫੀਆਂ ਸੀ ਪਰ ਫਿਰ ਵੀ ਬੈਸਟ ਤਾਂ ਬੈਸਟ ਹੀ ਹੁੰਦਾ ਨਾ ਜੀ, ਹਾਂਜੀ, ਟਾਈਮ ਦੀ ਗੱਲ ਹੈ, ਉਦੋਂ ਤੁਹਾਡੇ ਵੇਲੇ ਉਨਾ ਹੀ ਬਹੁਤ ਸੀ, ਹੁਣ ਮੇਰਾ ਖਿਆਲ ਹੈ ਵੀ ਜੇ ਦੇਖਣ ਵਾਲੀ ਗੱਲ ਤਾਂ ਇਹ ਹੈ ਵੀ ਹੁਣ ਉਹ ਵੀ ਘੱਟ ਲੱਗਦਾ ਜਿਹੜਾ ਹੁਣ, ਹਾਂਜੀ ਹਾਂ, ਬੈਸਟ ਆ ਜੀ ਕਦੋਂ ਹੋ ਗਿਆ, ਜਿੱਦਾਂ ਘਲੋਟੀ ਸਾਡਾ ਗੁਆਂਢੀ ਪਿੰਡ ਆ, ਕਢਾਣੀ, ਮਕਸੂਦਰਾ, ਇੱਥੋਂ ਤੁਸੀਂ ਜਿੱਤਦੇ ਸੀਗੇ ਜੀ, ਫਿਰ ਲਾ ਲਓ ਤੁਸੀਂ ਬੈਸਟ ਏ ਸੀਗੇ ਜੀ ਉੱਥੇ ਤੇ, ਹਾਂਜੀ ਜੀ। ਅੱਛਾ ਬਾਈ ਜੀ, ਇਹ ਦੱਸੋ ਤੁਹਾਡਾ ਵਜ਼ਨ ਕਿੰਨਾ ਸੀ? ਮੇਰਾ ਵਜ਼ਨ ਵੀਰੇ ਓਪਨ ਮੌਕੇ ਹੱਦ 70 ਕਿਲੋ ਹੋਊ ਜੀ, ਹਾਂਜੀ, ਵਾਹ ਜੀ ਵਾਹ, ਇੰਨਾ ਕੁ ਰਿਹਾ ਵਜ਼ਨ ਵੀਰੇ। ਅਤੇ ਫਿਰ ਤੁਹਾਡੀ ਫੁਰਤੀ ਜੇ ਗੱਲ ਕਰੀਏ, ਤੁਹਾਡੀ ਖੇਡ ਦੀ ਖਾਸੀਅਤ ਕੀ ਸੀ? ਖਾਸੀਅਤ ਤਾਂ ਵੀਰੇ ਮੈਂ ਤਾਂ ਇਹ ਚੀਜ਼ ਮੰਨਦਾ ਬਈ ਜਿਹੜੀ ਫੁਰਤੀ ਸੀਗੀ ਇਹ ਮੈਨੂੰ ਮਿਲੀ ਆ, ਜਿੱਦਾਂ ਮੈਂ ਮੰਨ ਲਓ 3ਜੀ 4ਥੀ ਕਲਾਸ ਤੋਂ ਸਟਾਰਟ ਕਰ ਲਈ ਸੀ ਖੋ ਖੋ, 10ਵੀਂ ਕਲਾਸ ਤੱਕ ਖੇਡਿਆ ਮੈਂ ਵੀਰੇ, ਮੈਨੂੰ ਤਾਂ ਉਹੀ ਚੀਜ਼ ਲੱਗਦੀ ਆ ਬਸ ਖੋ ਖੋ ਨੇ, ਜੋ ਕਿ ਮੈਨੂੰ ਕਬੱਡੀ 'ਚ ਮੈਂ ਆਇਆ, ਜੋ ਕੁਛ ਵੀ ਕੀਤਾ ਖੋ ਖੋ ਉਹ ਗੇਮ ਦੇ ਸਿਰ 'ਤੇ ਕੀਤਾ ਖੋ ਖੋ ਦੀ ਜੀ, ਹਾਂਜੀ। ਅਤੇ ਫਿਰ ਕਿਸ ਤਰ੍ਹਾਂ ਜਦੋਂ ਤੁਸੀਂ ਕਬੱਡੀ ਪਾਉਂਦੇ ਸੀ ਕਿ ਕਿਸ ਤਰ੍ਹਾਂ ਦਾ ਤੁਹਾਡਾ ਟੱਚ ਸੀ, ਤੁਸੀਂ ਫਾਸਟ ਟੱਚ ਕਰਦੇ ਸੀ ਜਾਂ ਭਿੜ ਕੇ ਆਉਂਦੇ ਸੀ ਜਾਂ ਕੀ, ਕਿਸ ਤਰ੍ਹਾਂ ਦੀ ਤੁਹਾਡੀ ਖੇਡ? ਟੱਚ ਵੀਰੇ ਨੈਸ਼ਨਲ ਸਟਾਈਲ ਵਾਲਾ ਸੀ ਜੀ, ਭਿੜਦਾ ਨਹੀਂ ਸੀਗਾ, ਡਾਜ ਮਾਰਨੀ ਜਿਹੜੀ ਖੋ ਖੋ 'ਚ ਸਿੱਖੀ ਹੋਈ ਸੀਗੀ ਜੀ, ਮੈਂ ਉਹਦੀ ਖੋ ਡਾਜ ਦੇ ਸਿਰ 'ਤੇ ਖੇਡਿਆ ਜੀ ਵੀਰੇ ਮੈਂ, ਹਾਂ ਮਿਹਨਤ ਜ਼ਰੂਰ ਕਰਦਾ ਸੀਗਾ ਜੀ, ਮੰਨ ਲਓ ਗਰਾਊਂਡ 'ਚ 3-3:30 ਵਜੇ ਚਲੇ ਗਏ, ਸ਼ਾਮ ਨੂੰ ਮੂੰਹ ਦੇ ਹੋ ਗਏ ਮੁੜਨਾ ਜੀ, ਹਾਂਜੀ, ਗਰਾਊਂਡ ਦੀ ਮਿਹਨਤ 2-2.5 ਘੰਟੇ ਦੀ ਸਾਰਿਆਂ ਦੀ ਸੀਗੀ ਜੀ ਜੀ, ਹਾਂ। ਕੀ ਕਰਦੇ ਸੀ, ਕਿੰਨੀ ਕੁ ਰੇਸ ਲਾਉਂਦੇ ਸੀ, ਸਪਰਿੰਟਾਂ ਵਗੈਰਾ ਜਾਂ? ਭੱਜਦੇ ਸੀ ਵੀਰੇ ਅਸੀਂ, ਮੰਨ ਲਓ ਤੁਸੀਂ ਅਪ ਡਾਊਨ 'ਚ 6 ਕਿਲੋਮੀਟਰ, ਆਹ ਮਕਸੂਦ ਜਿਹੜਾ ਵਾ ਸਾਰਾ ਹੀ ਕੱਚਾ ਹੁੰਦਾ ਸੀਗਾ ਜੀ, ਹਾਂਜੀ, ਅਤੇ ਰੇਤੇ ਵਾਲਾ, ਅਸੀਂ ਮਕਸੂਦ ਦਿਓ ਮੁੜ ਕੇ ਆਉਣਾ 3 ਕਿਲੋਮੀਟਰ ਆਪਾਂ ਤੋਂ, ਉੱਥੋਂ ਰੋਜ਼ ਹੀ ਭੱਜ ਕੇ ਆਉਣਾ ਮੁੜ ਕੇ ਆਉਣਾ ਜੀ, ਅਤੇ ਆ ਕੇ ਡੰਡ ਡੁੰਡ ਲਾਉਣੇ ਜੀ, ਜਿੰਮ ਜੁੰਮ ਵਾਲਾ ਕੋਈ ਨਹੀਂ ਸੀਗਾ ਜੀ ਹਿਸਾਬ ਕਿਤਾਬ, ਅਤੇ ਉਦੋਂ ਬਾਅਦ ਫਿਰ ਗੇਮ ਖੇਡਣੀ ਜੀ, ਘੱਟੋ ਘੱਟ ਵੀ 1.5 ਘੰਟਾ ਜੀ, 1.5 ਘੰਟਾ ਹੱਦ ਖੇਡਦੇ ਜੀ, ਹਾਂ ਖੇਡਦੇ ਸੀਗੇ ਜੀ ਜੀ, ਹਾਂ ਇਹ ਵੀ ਮਿਹਨਤ ਸੀ ਸਾਰਿਆਂ ਦੀ, ਸਾਰੇ ਟੋਟਲੀ ਮੁੰਡੇ ਸਾਡਿਆਂ ਦੀ, ਹਾਂਜੀ। ਅਤੇ ਖੁਰਾਕ ਦਾ ਕੀ ਸਰੀਰ ਹੁੰਦਾ ਤੁਹਾਡਾ ਜੀ? ਖੁਰਾਕ ਤਾਂ ਜੀ ਘਰ ਦੀ ਸੀਗੀ, ਜਦ ਜਿਹੜਾ ਜਿੱਦਾਂ ਮੰਨ ਲਓ ਮੀਟ ਹੋ ਗਿਆ ਹਫ਼ਤੇ 'ਚ ਇੱਕ ਅੱਧੀ ਵਾਰ, ਉਹ ਵੀ ਇੱਕ ਅੱਧੀ ਵਾਰ ਜੀ, ਇੰਨਾ ਹੈ ਨਹੀਂ ਸੀ ਆਪਣਾ ਘਰ ਦਾ, ਜਾਣੀ ਵੀ ਮੰਨ ਲਓ ਹਫ਼ਤੇ 2-3 ਵਾਰ ਦੇ ਸਕਣ ਘਰ ਦੇ, ਅਤੇ ਦੁੱਧ ਸੀ ਉਹ ਵੀ ਮੁੱਲ ਦਾ ਹੀ ਸੀਗਾ ਜੀ, ਬਦਾਮ ਬਦੂਮ ਜਾਂ ਰਲ ਮੁਲ ਕੇ ਮੁੰਡੇ ਕਰ ਲੈਂਦੇ ਸੀਗੇ ਜੀ ਸਾਰਾ ਕੁਛ ਜੀ, ਹਾਂਜੀ, ਕਦੇ ਕਿਤੇ। ਅੱਛਾ, ਘਰ ਦਾ ਕੀ ਮਾਹੌਲ ਸੀ?
ਤੁਹਾਡਾ ਉਸ ਟਾਈਮ ਦਾ ਤੁਹਾਨੂੰ ਕਿੰਨੀ ਕੁ ਸਪੋਰਟ ਕਰਦੇ ਸੀ ਜਾਂ ਘਰ ਦੇ ਹਾਲਾਤ ਕਿੱਦਾਂ ਸੀ? ਹਾਲਾਤ ਤਾਂ ਵੀਰੇ ਡਾਊਨ ਏ ਸੀਗੇ, ਸਪੋਰਟ ਫੁੱਲ ਸੀ, ਸਪੋਰਟ ਅੱਜ ਤੱਕ ਵੀ ਫੁੱਲ ਆ ਮੈਨੂੰ ਘਰਦਿਆਂ ਦੀ ਜੀ। ਸਾਡਾ ਲਾਣੇਦਾਰ ਆ ਡੈਡੀ ਜੀ, ਹੁਣ ਅੱਜ ਤੱਕ ਨਹੀਂ ਮੈਨੂੰ ਉਹਨਾਂ ਨੇ ਕਦੇ ਕਿਹਾ ਵੀ ਮਤਲਬ ਤੂੰ ਆ ਜਾ ਵਰਕਸ਼ਾਪ ਚੱਲ ਜਾ, ਤੂੰ ਘਰ ਵਿਹਲਾ ਬੈਠਾ ਕੰਮ 'ਤੇ ਲੱਗ, ਪਹਿਲਾਂ ਵੀ ਨਹੀਂ ਮੈਨੂੰ ਕਦੇ ਕਿਹਾ ਸੀ ਉਹਨਾਂ ਨੇ। ਸਪੋਰਟ ਫੁੱਲ ਸੀਗੀ, ਪਰ ਘਰ ਥੋੜ੍ਹੀ ਜਿਹੀ ਪ੍ਰੋਬਲਮ ਜ਼ਰੂਰ ਸੀਗੀ ਜੀ। ਹਾਂਜੀ, ਖੁਰਾਕ ਖਰੂਕ ਦੀ, ਖੁਰਾਕ ਤਾਂ ਜੀ ਬਾਹਰੋਂ ਅੰਦਰੋਂ ਹੀ ਕਰਨੀ ਪੈਂਦੀ ਸੀ। ਅੱਛਾ, ਹਾਂਜੀ। ਅਤੇ ਘਰ ਵਰਕਸ਼ਾਪ ਕਾਹਦੀ ਹੈ ਆਪਣੀ? ਵਰਕਸ਼ਾਪ ਅਸੀਂ ਬਣਾਉਂਦੇ ਹਾਂ ਜੀ, ਓਵਰਲਾਕ ਮਸ਼ੀਨ 'ਤੇ ਪਹੁੰਚੇ ਜੀ। ਹਾਂਜੀ, ਸਾਰੇ ਆਪਣੇ ਮੰਨ ਲਓ ਦੋ ਭਾਈ ਲੱਗੇ ਆ ਨਾਲ, ਭਤੀਜਾ ਬੰਦੇ ਰੱਖੇ ਆਪਣੇ ਵਰਕਸ਼ਾਪ 'ਚ ਜੀ। ਹਾਂਜੀ, ਵਧੀਆ ਕੰਮ ਆ ਜੀ, ਲੋਟ ਆ ਹੁਣ ਜੀ। ਹਾਂਜੀ। ਅੱਛਾ ਬਾਈ, ਤੁਸੀਂ ਉਸਤਾਦ ਕਿਹਨੂੰ ਮੰਨਦੇ ਹੋ? ਉਸਤਾਦ ਤਾਂ ਜੀ ਮੁੰਡਾ ਸਾਡਾ ਜਸਵੀਰ ਆ, ਆਪਣੇ ਰੋਡ ਵੇਚ ਨੇ ਉਹ ਜੀ। ਹਾਂ, ਉਹਨੂੰ ਉਸਤਾਦ ਮੰਨਾਂਗੇ ਜੀ, ਉਹਨਾਂ ਨੇ ਸਾਨੂੰ ਫੁੱਲ ਸਪੋਰਟ ਕੀਤੀ ਉਹ ਟਾਈਮਾਂ 'ਚ, ਖਰਚਾ ਪਾਣੀ ਵੀ ਦਿੰਦੇ ਰਹੇ, ਜਾਂ ਲੋੜ ਪੈਣੀ ਆਪਦਾ ਸਕੂਟਰ ਸਾਨੂੰ ਦੇ ਜਾਣਾ ਆਪ ਬੱਸ ਚੜ੍ਹ ਕੇ, ਵੈਸੇ ਤਾਂ ਚਲੋ ਮੁਲਾਜ਼ਮ ਸੀ ਉਹ ਰੋਡ ਵਿੱਚ, ਪਰ ਫਿਰ ਵੀ ਸਾਨੂੰ ਉਹਨੇ ਦੇਣਾ ਨੇ ਚੱਕਣਾ ਖਰਚਾ ਵੀ, ਆ ਖੇਲ ਕੇ ਆਓ, ਜਾਓ ਤੁਸੀਂ ਫਲਾਨੀ ਜਗ੍ਹਾ ਖੇਲ ਕੇ ਆਓ, ਜਾਂ ਮੈਂ ਪਿੱਛੋਂ ਆਊਂਗਾ, ਜਾਂ ਮੇਰੇ ਤੋਂ ਆਏ ਨਹੀਂ ਹੋਣਾ, ਜੇ ਤੁਹਾਨੂੰ ਬੱਸ ਕੋਲ ਨਹੀਂ ਲੋਟ ਬਣਦਾ ਮੇਰਾ ਸਕੂਟਰ ਲੈ ਜਾਓ। ਉਹ ਬੰਦੇ ਨੇ ਵੀਰੇ ਫੁੱਲ ਸਪੋਰਟ ਕੀਤੀ ਆ ਜੀ। ਹਾਂ, ਜਾਂ ਮੁੰਡਾ ਇੱਕ, ਵੈਸੇ ਤਾਂ ਉਹਨਾਂ ਦੀ ਡੈਥ ਹੋ ਗਈ, ਦਰਸ਼ਨ ਸੀਗਾ ਜੀ, ਅਤੇ ਮੇਰੇ ਤੋਂ ਵੱਡੇ ਸੀਗੇ, ਉਹਨਾਂ ਨੇ ਮੇਰੀ ਫੁੱਲ ਸਪੋਰਟ ਕੀਤੀ ਆ ਜੀ। ਹਾਂਜੀ। ਅੱਛਾ ਬਾਈ ਜੀ, ਫਿਰ ਨੌਕਰੀ ਦਾ ਸਬੱਬ ਨਹੀਂ ਬਣਿਆ ਤੁਹਾਨੂੰ ਕਿਸੇ ਪਾਸੇ? ਨੌਕਰੀ ਦਾ ਵੀਰੇ ਨਹੀਂ, ਨੌਕਰੀ ਦਾ ਬਣਿਆ ਨਹੀਂ ਵੀਰੇ, ਉਹ ਟਾਈਮ ਅੱਜ ਬਿਜਲੀ ਬੋਰਡ ਦੀ ਝਾਕ ਸੀਗੀ ਵੈਸੇ, ਵੀ ਜੇ ਬਿਜਲੀ ਬੋਰਡ 'ਚ ਬਣ ਜਾਵੇ ਜੀ, ਅਤੇ ਨਹੀਂ ਬਣਿਆ ਉਹਦਾ ਜੀ। ਹਾਂ, ਅਤੇ ਇੱਕ ਵਾਰੀ ਐਲਾਨ ਵੀ ਕਰ ਗਏ ਸੀਗੇ ਸਰਦਾਰ ਬੇਅੰਤ ਸਿੰਘ ਜੀ, ਸਾਡੇ ਪਿੰਡ ਆਏ ਸੀਗੇ, ਅਤੇ ਚਲੋ ਆਪਣੇ ਗੁਆਂਢੀ ਪਿੰਡ ਬਿਲਾਸਪੁਰ ਦੇ ਨੇ ਉਹ ਜੀ, ਐਲਾਨ ਵੀ ਕਰਤਾ ਸੀਗਾ ਉਹਨਾਂ ਨੇ ਬਈ ਮੁੰਡੇ ਨੂੰ ਚੰਡੀਗੜ੍ਹ ਲੈ ਆਇਓ ਤੁਸੀਂ ਜੀ, ਅਤੇ ਬਈ ਚਲੋ ਮੈਂ ਕਰ ਦੂੰਗਾ ਜਿਵੇਂ ਕਹੋਗੇ ਤੁਸੀਂ। ਅਤੇ ਵੀਰੇ ਥੋੜ੍ਹਾ ਜਿਹਾ ਚਲੋ ਪੰਚਾਇਤ ਨਾਲ ਲੇਟ ਹੋ ਗਏ ਅਸੀਂ, 8-10 ਦਿਨ ਜਾਂ 15 ਦਿਨ ਲਾ ਲਓ, ਜਾਂ ਨੂੰ ਉਹਨਾਂ ਦੀ ਡੈਥ ਹੋ ਗਈ ਬੇਅੰਤ ਸਿੰਘ ਦੀ ਜੀ। ਹਾਂਜੀ, ਮਤਲਬ ਕਿ ਉਹਨਾਂ ਨੇ ਬੁਲਾਇਆ, ਤੁਸੀਂ ਸਮੇਂ 'ਤੇ ਮਤਲਬ ਕਿ ਜਾ ਨਹੀਂ ਸਕੇ? ਹਾਂ, ਚਲੋ ਪੰਚਾਇਤ ਨੂੰ ਕੋਈ ਪ੍ਰੋਬਲਮ ਸੀਗੀ ਜੀ, ਵੀ ਚੱਲ ਚੱਲਦੇ ਹਾਂ, ਅੱਜ ਜਾਂਦੇ ਹਾਂ, ਕੱਲ੍ਹ ਨੂੰ ਜਾਂਦੇ ਹਾਂ, ਜਦੋਂ ਆਹ ਕੰਮ ਹੋ ਗਿਆ, ਮਤਲਬ ਲੇਟ ਕਰਕੇ ਮਤਲਬ ਤੁਹਾਡਾ ਜਿਹੜਾ ਨੌਕਰੀ ਵਾਲਾ ਕੰਮ ਵਿੱਚ ਰਹਿ ਗਿਆ ਸੀ? ਹਾਂਜੀ 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 ਜੀ ਜੀ। ਅੱਛਾ ਬਾਈ ਜੀ, ਤੁਹਾਡੇ ਬੈਚ ਦੇ ਕਹਿ ਲਈਏ ਮਨਪਸੰਦ ਖਿਡਾਰੀ ਕਿਹੜੇ ਤੁਹਾਡੇ? ਮਨਪਸੰਦ ਖਿਡਾਰੀ ਤਾਂ ਵੀਰੇ ਸਾਤੋਂ, ਚਲੋ ਥੋੜ੍ਹੇ ਜਿਹੇ ਵੱਡੇ ਸੀਗੇ, ਅੰਗਰੇਜ਼ ਜਿਹੜਾ ਹੈ ਚਾ ਜੀ, ਭਿੰਦਰ ਨਵੇਂ ਪਿੰਡੀਆ, ਜਗਤਾਰ ਧਨੌਲਾ, ਬਿੱਟੂ ਜਸਪਾਲ ਵਾਂਗਰ, ਅਤੇ ਵੱਡਿਆਂ 'ਚੋਂ ਤਾਂ ਇਹੀ ਸੀਗੇ ਜੀ ਵੀਰੇ। ਕਿਵੇਂ ਵਧੀਆ ਲੱਗਦੇ, ਕੀ ਖਾਸੀਅਤ ਲੱਗਦੀ ਤੁਹਾਨੂੰ? ਖਾਸੀਅਤ ਸੀ ਵੀਰੇ, ਨੌ ਚੱਲਦੇ ਟੌਪ ਦੇ ਪਲੇਅਰ ਸੀਗੇ, ਬੜੇ ਸ਼ੋਅ ਮੈਚ ਹੁੰਦੇ ਸੀ ਇਹਨਾਂ ਦੇ, ਹਾਂ ਲੋਕ ਇਹਨਾਂ ਨੂੰ ਵੇਖਣ ਆਉਂਦੇ ਸੀ। ਹਾਂਜੀ, ਹਾਂ, ਵਧੀਆ ਮੈਚ ਖੇਡਦੇ ਸੀ ਫੁੱਲ ਉਹ ਟਾਈਮ ਦੇ। ਹਾਂਜੀ, ਮਨਪਸੰਦ ਸਾਰੇ ਮੇਰੇ ਇਕੱਲੇ ਦੇ ਕੀ, ਸਾਰਿਆਂ ਦੇ ਮਨਪਸੰਦ, ਏਰੀਏ ਦੇ ਮਨਪਸੰਦ ਹੁਣ ਵੀ ਨੇ ਵੀਰੇ ਉਹ, ਬਿਲਕੁਲ ਹੁਣ ਵੀ ਮਨਪਸੰਦ ਨੇ ਸਾਰਿਆਂ ਦੇ, ਪੂਰਾ ਲੋਕ ਮਾਣ ਕਰਦੇ ਆ। ਹਾਂਜੀ, ਅੱਜ ਵੀ ਪੂਰਾ ਉਹਨਾਂ ਦਾ ਮਾਣ ਕਰਦੇ ਆ ਲੋਕ। ਹਾਂਜੀ ਹਾਂਜੀ, ਬਿਲਕੁਲ ਬਾਈ। ਹਾਂਜੀ, ਅਤੇ ਹੁਣ ਦੇ ਸਮੇਂ ਦੀ ਗੱਲ ਕਰੀਏ। ਹੁਣ ਦੇ ਸਮੇਂ ਦੇ ਤਾਂ ਜੀ, ਹੁਣ ਤਾਂ ਸਾਰੇ ਹੀ ਵਧੀਆ ਜੀ ਬਸ। ਹਾਂ, ਇੱਦਾਂ ਹੁਣ ਬੱਗੇ ਵਾਲਾ ਹੋ ਗਿਆ ਮੁੰਡਾ, ਹੈ ਨਾ ਜੀ, ਅਤੇ ਮੰਗੀ ਮੁੰਗੀ ਹੋਣੀ ਹੋ ਗਏ ਸਾਡੇ ਏਰੀਏ 'ਚੋਂ, ਜਿੱਦਾਂ ਹੁਣ ਮੈਨੂੰ ਪਸੰਦ ਆ ਖਿਡਾਰੀ ਆ ਢੋਡਿਆਂ ਵਾਲਾ ਬਿੱਲਾ, ਇਹਦੀ ਫੁੱਲ ਵਧੀਆ ਗੇਮ ਆ, ਅਤੇ ਬਿੰਦੂ ਹੋ ਗਿਆ ਸਾਡੇ ਏਰੀਏ 'ਚ, ਹੁਣ ਜੱਟ ਲਾਟੋਂ ਇਹ ਵਧੀਆ ਪਲੇਅਰ ਸਾਡੇ ਏਰੀਏ ਦੇ ਹੁਣ, ਆਹ ਟਾਈਮ ਦੇ ਹੁਣ। ਅੱਛਾ ਬਾਈ ਜੀ, ਹੁਣ ਆਪਾਂ ਗੱਲ ਕਰੀਏ ਇੱਥੇ, ਕਿ ਜਿਸ ਤਰ੍ਹਾਂ ਇੱਕ ਤਾਂ ਵਰਕਸ਼ਾਪ ਦਾ ਕੰਮ ਤੁਹਾਡਾ, ਹਾਂਜੀ, ਅਤੇ ਉਸ ਤੋਂ ਇਲਾਵਾ ਤੁਸੀਂ ਗਰਾਊਂਡਾਂ ਦੇ ਨਾਲ ਟੱਚ ਹੋ, ਤੁਸੀਂ ਰੈਫਰੀ ਵਗੈਰਾ ਕਰਨ ਜਾਂਦੇ ਹੋ, ਅਤੇ ਵਧੀਆ ਚੱਲੀ ਜਾਂਦਾ ਸਰਕਲ? ਹਾਂਜੀ ਹਾਂ ਵੀਰੇ, ਪੂਰਾ ਵਧੀਆ ਜੀ, ਵਧੀਆ ਚੱਲਦਾ ਜੀ। ਅਤੇ ਫਿਰ ਤੁਸੀਂ ਕੋਚਿੰਗ ਵਗੈਰਾ ਨਹੀਂ ਦਿੱਤੀ ਖਿਡਾਰੀਆਂ ਨੂੰ? ਦਿੰਦਾ ਜੀ, ਦਿੰਦਾ ਕੋਚਿੰਗ, ਅਤੇ ਹੁਣ ਜਦੋਂ ਸੀਜ਼ਨ ਔਫ ਹੋ ਜਾਣਾ ਜੀ ਆਪਣਾ ਅਪ੍ਰੈਲ 'ਚ, ਮੰਨ ਲਓ 30 'ਚ, ਅਪ੍ਰੈਲ ਮਈ ਜੀ, ਮਈ 'ਚ ਹਾਂਜੀ ਟ੍ਰੇਨਿੰਗ ਦਿੰਦਾ ਕੈਂਪਾਂ 'ਚ ਜਾ ਕੇ ਆਪ ਮੁੰਡਿਆਂ ਨੂੰ ਜੀ, ਹਰੇਕ ਸਾਲੇ ਹੁੰਦਾ ਜੀ ਜੀ। ਹਾਂਜੀ, ਅਤੇ ਕਿਹੜੇ ਕਿਹੜੇ ਖਿਡਾਰੀ ਆ ਹੁਣ ਜੇ ਗੱਲ ਕਰੀਏ ਵੀ, ਜਿਹੜੇ ਤੁਸੀਂ ਮਤਲਬ ਕਿ ਤੁਹਾਡੇ ਕੈਂਪ ਦੇ ਵਿੱਚੋਂ ਤਿਆਰ ਹੋਏ ਆ? ਲਾਡੀ ਜਸਪਾਲ, ਆਪਣੇ ਜੱਸੋਵਾਲ ਸੁੱਧਾ ਜੀ, ਮਕਸੂਰ ਵਾਲੇ ਮੁੰਡੇ ਸੀਗੇ ਜੀ, ਵਧੀਆ ਛੋਟੇ ਵਜਨ ਵਾਲੇ ਨੇ, ਜਾਂ ਮੇਰੇ ਪਿੰਡ ਵਾਲੀ ਲਾ ਲਓ ਜੀ ਬਿੱਲੇ ਹੋਣੀ, ਹਾਂ ਇਹਨਾਂ ਨੂੰ ਵੀ ਮੈਂ ਸਿਖਾਇਆ ਜੀ ਜੀ। ਹਾਂਜੀ, ਹੋਰ ਬਹੁਤ ਮੁੰਡੇ ਆ ਜੀ। ਅੱਛਾ ਬਾਈ, ਦੇ ਮਾਨ ਸਨਮਾਨਾਂ ਦੀ ਗੱਲ ਕਰੀਏ ਫਿਰ, ਕਿੰਨੇ ਕੁ ਹੋਏ ਆ ਜੀ? ਮਾਨ ਸਨਮਾਨ ਹੋ ਗਿਆ ਜੀ ਵੀਰੇ 8-10 ਵਾਰ ਜੀ। ਹਾਂਜੀ, ਜਰਗੜੀ ਹੋ ਗਿਆ, ਪੰਜਰੁੱਖੇ ਹੋ ਗਿਆ, ਗੁਆਂਢੀ ਪਿੰਡ ਆ ਜੀ ਮੇਰਾ ਬਿਲਾਸਪੁਰ ਜੀ। ਇੱਕ ਬਾਈ ਜੀ ਸਨਮਾਨ ਕੀਤਾ ਮੇਰਾ, ਮੇਰੇ ਚਾਚਾ ਜੀ ਦੇ ਮੁੰਡੇ ਨੇ ਇਟਲੀ ਰਹਿੰਦੇ ਨੇ, ਲੱਖਾ ਅਤੇ ਜੱਸਾ, ਅਤੇ ਉਹਨਾਂ ਦਾ ਵੱਡਾ ਭਾਈ ਆ ਪੀਟਰ, ਕੁਲਵੰਤ ਆ ਵੈਸੇ ਉਹਨਾਂ, ਅਤੇ ਉਹਨਾਂ ਨੇ ਮੇਰਾ ਗੁਆਂਢੀ ਪਿੰਡ ਆਪਣਾ ਲੰਡਾ, ਇੱਥੇ ਮੇਰਾ ਸਨਮਾਨ ਕੀਤਾ ਮੋਟਰਸਾਈਕਲ ਦੇ ਕੇ ਜੀ। ਹਾਂਜੀ, ਇੱਦਾਂ ਜੀ ਕਈ ਪਿੰਡਾਂ 'ਚ ਵਧੀਆ ਹੋ ਗਿਆ ਜੀ। ਹਾਂਜੀ। ਅੱਛਾ ਬਾਈ ਜੀ, ਜਦੋਂ ਤੁਸੀਂ ਪਿੰਡ ਦਾ ਲੱਗ ਲਓ ਵੀ ਪੰਮੇ ਹੋਣਾ ਦਾ ਮੈਚ ਹੁੰਦਾ ਸੀ ਇਲਾਕੇ 'ਚ ਜਾਂ ਕਿਤੇ ਹੋਰ, ਹਾਂਜੀ, ਤਾਂ ਫਿਰ ਜਿਹੜੇ ਪਿੰਡ ਦੀ ਸੰਗਤ ਹੈ, ਪਿੰਡ ਦੇ ਲੋਕਾਂ ਦਾ ਜਿਹੜਾ ਪਿਆਰ ਹੈ ਜਾਂ ਇਲਾਕੇ ਦੀ ਸੰਗਤ ਦਾ, ਉਹ ਕਿੰਨਾ ਗਾ ਵੀਰੇ? ਇਲਾਕੇ ਦਾ ਬਹੁਤ ਬੰਦੇ ਜਾਂਦੇ ਸੀਗੇ ਸਾਡੇ ਪਿੰਡੋਂ ਜੀ, ਕਿ
ਟੈਂਪੂ 407 ਸਾਡੇ ਨਾਲ ਭਰ ਕੇ ਜਾਂਦਾ ਹੁੰਦਾ ਸੀ ਜੀ। ਹਾਂਜੀ ਉਹ ਟਾਈਮਾਂ 'ਚ ਹਾਂ ਜਿੱਥੇ ਵੀ ਅਸੀਂ ਜਾਣਾ ਸਾਡੇ ਨਾਲ ਹੀ ਜਾਣਾ ਜੀ। 20-25 ਬੰਦਿਆਂ ਨੇ 20-25 ਬੰਦਿਆਂ ਨੇ ਲਾਜ਼ਮੀ ਹਰ ਵਕਤ ਜੀ ਹਰ ਰੋਜ਼ ਹੀ ਜਾਂਦੇ ਸੀਗੇ ਜੀ, ਅਤੇ ਇਲਾਕੇ 'ਚ ਵੀ ਪੂਰਾ ਮਾਣ ਸੀਗਾ ਜੀ। ਹਾਂਜੀ ਸਾਰੇ ਦੇਖਣ ਆਉਂਦੇ ਸੀ। ਅੱਛਾ ਭਾਈ ਜਿਸ ਤਰ੍ਹਾਂ ਤੁਸੀਂ ਬਤੌਰ ਰੇਡਰ ਖੇਡੇ ਹੋ ਹਾਂਜੀ, ਅਤੇ ਫਿਰ ਕਿਤੇ ਇੱਦਾਂ ਦਾ ਵੀ ਹੋਇਆ ਜਿੱਦੇ ਪੰਮੇ ਨੂੰ ਜਫਾ ਲਾ ਕੇ ਮੈਚ ਜਿਤਾਉਣਾ ਪਿਆ ਹੋਵੇ? ਹਾਂਜੀ ਇੱਕ ਵਾਰੀ ਹੋਇਆ, ਵੈਸੇ ਤਾਂ ਜੀ ਸਾਡੇ ਆਪਣੇ ਜਾਫੀਏ ਵਧੀਆ ਸੀਗੇ, ਕੁਹਾੜੇ ਦੇ ਕੁਹਾੜੇ ਸੀਗਾ ਜੀ ਟੂਰਨਾਮੈਂਟ, ਅਤੇ ਐਂਡ ਵਾਲੀ ਰੇਡ 'ਤੇ ਮੈਂ ਜਫਾ ਲਾਇਆ ਸੀਗਾ ਜੀ ਲਾਸਟ ਰੇਡ 'ਤੇ, ਲਾਸਟ ਰੇਡ 'ਤੇ ਉਹ ਤਾਂ ਜਿੱਤੇ ਸੀਗੇ ਜੀ, ਹੋਰ ਤਾਂ ਸਾਡੇ ਵੈਸੇ ਜਾਫੀਏ ਵਧੀਆ ਸੀਗੇ। ਹਾਂ ਮੌਕਾ ਦਿੰਦੇ ਨਹੀਂ ਸੀ ਉਹ ਜੀ, ਅਤੇ ਫਿਰ ਉੱਥੇ ਲਾਉਣਾ ਪਿਆ, ਉੱਥੇ ਲਾਉਣਾ ਪਿਆ ਸੀਗਾ। ਹਾਂ ਜਿੱਤ ਗਏ ਸੀਗੇ ਜੀ ਜੀ ਜੀ। ਹਾਂਜੀ ਅੱਛਾ ਬਾਈ ਜੀ ਤੁਸੀਂ ਕਬੱਡੀ ਖੇਡਣੀ ਛੱਡੀ ਕਦੋਂ ਸੀ ਅਤੇ ਕਿਉਂ ਛੱਡੀ ਸੀ? ਛੱਡੀ ਤਾਂ ਇੱਦਾਂ ਸੀਗੀ ਬਾਈ ਜੀ, ਟੀਮ ਥੋੜ੍ਹੀ ਜਿਹੀ ਖਰਾਬ ਹੋ ਗਈ ਸਾਡੀ ਆਪਦੀ, ਇਹ ਰੌਲੇ ਰੱਪੇ ਕਰਕੇ, ਅਤੇ ਉਦੋਂ ਬਾਅਦ ਮੈਂ ਰਾਜੇਵਾਲ ਸੀ ਕਬੱਡੀ ਖੰਨੇ ਕੋਲ ਪਿੰਡ ਰਾਜੇਵਾਲ ਰੋਣੋ, ਉਹਨਾਂ ਮੁੰਡਿਆਂ 'ਚ ਖੇਡਦਾ ਰਿਹਾ ਮੈਂ, ਵੈਸੇ ਛੱਡੀ ਨਹੀਂ ਹੈਗੀ ਵੀਰੇ। ਮੈਂ ਛੱਡੀ ਤਾਂ ਉਦੋਂ ਬਾਅਦ 97 'ਚ ਆ ਕੇ ਜਦੋਂ ਮੇਰੇ 60 ਵੱਜੀ ਆ ਜੀ। ਹਾਂਜੀ ਕੁਛ ਐਕਸੀਡੈਂਟ ਹੋ ਗਿਆ ਸੀਗਾ ਅਤੇ ਚੱਪਣੀ ਫ੍ਰੈਕਚਰ ਹੋ ਗਈ ਸੀਗੀ, ਉਹਦੇ ਕਰਕੇ 2 ਕੁ ਸਾਲ ਦਾ ਗੈਪ ਪਿਆ ਵਿੱਚ 3 ਦਾ, ਅਤੇ ਉਦੋਂ ਬਾਅਦ ਵੀਰੇ ਫਿਰ ਮੈਂ ਮੁੰਡਾ ਦਾਖਿਆਂ 'ਚ ਖੇਡਿਆ 2 ਕੁ ਸਾਲ ਜੀ। ਉਦੋਂ ਬਾਅਦ ਵੀਰੇ ਫਿਰ ਉਹ ਨਵੇਂ ਪਲੇਅਰ ਆ ਗਏ, ਗੈਪ ਜਦੋਂ ਮੇਰਾ ਗੈਪ ਪਿਆ ਨਾ ਉਹ ਟਾਈਮਾਂ 'ਚ, ਅਤੇ ਫਿਰ ਮੈਨੂੰ ਆਪ ਇਹ ਲੱਗਿਆ ਵੀ ਮੈਨੂੰ ਪਲੇਅਰ ਫੜਨ ਲੱਗ ਗਏ, ਅਤੇ ਮੈਨੂੰ ਆਪ ਨੂੰ ਨਹੀਂ ਫਿਰ ਚੰਗਾ ਲੱਗਿਆ ਵੀਰ। ਉਦੋਂ ਬਾਅਦ ਫਿਰ ਮੈਂ ਰੈਫਰੀ ਵਾਲੀ ਲਾਈਨ 'ਚ ਆ ਗਿਆ ਜੀ। ਹਾਂਜੀ ਇਹ ਕਾਰਨ ਸੀਗਾ ਛੱਡਣ ਦਾ ਜੀ। ਹਾਂਜੀ ਅਤੇ ਇਸ ਤੋਂ ਬਾਅਦ ਤੁਹਾਡੇ ਤੋਂ ਬਾਅਦ ਫਿਰ ਪਿੰਡ ਦੇ ਹੋਰ ਕਿਹੜੇ ਖਿਡਾਰੀ ਆਏ? ਭਗਵੰਤ ਹੋ ਗਿਆ ਮੁੰਡਾ, ਵੈਸੇ ਤਾਂ ਸਾਡੇ ਤੋਂ ਬਾਅਦ 'ਚ ਤਾਂ ਇਹ ਵਧੀਆ ਆਇਆ, ਅਤੇ ਥੋੜ੍ਹਾ ਟਾਈਮ ਸਾਡੇ ਨਾਲ ਵੀ ਵੈਸੇ ਖੇਡਦਾ ਰਿਹਾ ਇਹ, ਅਤੇ ਉਦੋਂ ਬਾਅਦ ਡੀ ਏ ਵੀ ਕਾਲ ਜਲੰਧਰ ਚਲਿਆ ਗਿਆ, ਉੱਥੇ ਅਕੈਡਮੀਆਂ 'ਚ ਖੇਡਦਾ ਰਿਹਾ, ਉਦੋਂ ਬਾਅਦ ਨਿਖ ਰਿਹਾ ਇਹ। ਜਾਂ ਫਿਰ ਆ ਬਿੱਲਾ ਮੁੰਡਾ ਹੁਣ ਸਾਰੇ ਜਾਣਦੇ ਨੇ, ਆਪਣੇ 70-75 'ਚ ਖੇਡਦਾ ਮੁੰਡਾ ਟੌਪ ਦਾ ਜੀ, ਬਿੱਲਾ ਬੁਆਣੀ, ਇਹ ਮੁੰਡਾ ਸਾਡਾ ਪਿੰਡ ਦਾ ਟੌਪ ਆ ਹੁਣ ਜੀ। ਹਾਂਜੀ ਅੱਛਾ ਬਾਈ ਫਿਰ ਪਰਿਵਾਰ 'ਚ ਕੌਣ ਕੌਣ? ਪਰਿਵਾਰ 'ਚ ਜੀ ਮੇਰੀ ਪਤਨੀ ਆ ਮਨਜੋਤ ਕੌਰ, ਬੜੀ ਗੁੜੀਆ ਸਿਮਰਨਪ੍ਰੀਤ ਕੌਰ ਜਿਹੜੀ ਪਲੱਸ 2 ਪੜ੍ਹਦੀ ਆ, ਅਤੇ ਛੋਟੀ ਬੇਟੀ ਆ ਗੁਰਕਮਲ ਕੌਰ 5ਵੀਂ 'ਚ ਪੜ੍ਹਦੀ ਆ ਜੀ ਉਹ ਜੀ। ਹਾਂਜੀ 2 ਗੁੱਡੀਆਂ ਜੀ ਜੀ। ਅੱਛਾ ਬਾਈ ਜੀ ਬੜਾ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ, ਤੁਸੀਂ ਵਧੀਆ ਤਰੀਕੇ ਨਾਲ ਆਪਣੀ ਜ਼ਿੰਦਗੀ ਦੀਆਂ ਗੱਲਾਂ ਨੇ ਜੋ ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ ਕੀਤੀਆਂ। ਸੋ ਹੁਣ ਲਾਸਟ ਦੇ ਵਿੱਚ ਆਪਣੇ ਖੇਡ ਤਜਰਬੇ ਦੇ ਮੁਤਾਬਕ ਤੁਸੀਂ ਸਾਡੇ ਕਬੱਡੀ ਖਿਡਾਰੀਆਂ ਨੂੰ ਕਹਿ ਲਈਏ, ਪ੍ਰਬੰਧਕਾਂ ਨੂੰ ਕਹਿ ਲਈਏ, ਕੀ ਮੈਸੇਜ ਦੇਣਾ ਚਾਹੋ? ਮੈਸੇਜ ਤਾਂ ਵੀਰੇ ਇਹੀ ਆ ਪਲੇਅਰਾਂ ਨੂੰ ਬਈ, ਜਦੋਂ ਤੁਸੀਂ ਗਰਾਊਂਡ 'ਚ ਆਉਂਦੇ ਹੋ ਹੈ ਨਾ ਜੀ, ਪਹਿਲੀ ਗੱਲ ਤਾਂ ਵੀ ਅੰਪਾਇਰ ਦੀ ਮਤਲਬ ਇੱਜ਼ਤ ਕਰੋ, ਰੌਲਾ ਰੱਪਾ ਨਾ ਪਾਓ। ਕਮੇਟੀਆਂ ਨੂੰ ਵੀਰੇ ਬੇਨਤੀ ਆ, ਜਿਹੜੇ ਹਨੇਰਾ ਕਰਦੇ ਨੇ, ਟੀਮਾਂ ਲਿਮਿਟ ਦੀਆਂ ਐਂਟਰ ਕਰੋ, ਵਧੀਆ ਟਾਈਮ ਦਿਓ, 5-5 ਕੌਡੀਆਂ ਨਾਲ ਕੀ ਆ ਤੁਹਾਡਾ ਹੈ ਨਾ ਜੀ, ਅਤੇ ਵਧੀਆ ਟਾਈਮ ਦਿਓ ਪਲੇਅਰ ਦਾ, ਮਤਲਬ ਪਲੇਅਰ ਹੀ ਪਤਾ ਲੱਗੇ ਵੀ ਕਿਹਨੇ ਕਿੰਨੀ ਕੁ ਮਿਹਨਤ ਕਰੀ ਆ, 5-5 ਕੌਡੀਆਂ 'ਚ ਕੀ ਪਲੇਅਰ ਦਾ ਪਤਾ ਲੱਗਦਾ। ਬਿਲਕੁਲ ਹਾਂਜੀ, ਵੱਧ ਟਾਈਮ ਦਿਓ, ਟੀਮਾਂ ਲਿਮਿਟ 'ਚ ਰੱਖੋ, ਦਰਸ਼ਕਾਂ ਨੂੰ ਵਧੀਆ ਕਬੱਡੀ ਦਿਖਾਓ, ਟਾਈਮ ਸਿਰ ਪਲੇਅਰ ਘਰੇ ਜਾਣ, ਦੂਜੇ ਦਿਨ ਟਾਈਮ ਸਿਰ ਫਿਰ ਦੁਬਾਰਾ ਤੁਹਾਡੇ ਕੋਲ ਆਉਣ ਹੈ ਨਾ ਜੀ। 12-1 ਵਜੇ ਪਲੇਅਰ ਘਰੇ ਜਾ ਕੇ ਵੜਦਾ, ਉਹਨੇ ਵਿਚਾਰੇ ਨੇ ਖਾਣਾ ਪੀਣਾ ਵੀ ਆ, ਰੈਸਟ ਵੀ ਕਰਨੀ ਆ, ਹੈ ਨਾ, ਕਿਹੜੇ ਵੇਲੇ ਤੁਹਾਡੇ ਕੋਲ ਦੂਜੇ ਦਿਨ ਫਿਰ ਉਹ ਮੰਨ ਲਓ 10 ਵਜੇ ਨੂੰ ਆਜੂ। ਬਿਲਕੁਲ ਹਾਂਜੀ, ਕਮੇਟੀਆਂ ਨੂੰ ਬੇਨਤੀ ਇਹੀ ਆ ਬਸ, 7 ਬਣ ਕੇ ਵੀ ਟੀਮਾਂ ਲਿਮਿਟ 'ਚ ਐਂਟਰ ਕਰੋ। ਬਿਲਕੁਲ, ਅਤੇ ਪਲੇਅਰਾਂ ਨੂੰ ਵਧੀਆ ਟਾਈਮ ਦਿਓ। ਬਿਲਕੁਲ ਹੈ ਨਾ ਜੀ। ਦੂਸਰੀ ਗੱਲ ਵੀਰੇ, ਜਿਹੜੇ ਆ ਪਲੇਅਰ ਅੱਜ ਕੱਲ੍ਹ ਜਿਹੜੀਆਂ ਨਵੀਆਂ ਖੁਰਾਕਾਂ ਕੱਢੀਆਂ ਹੋਈਆਂ ਆਪੋ ਆਪਣੀਆਂ, ਦੇਖੋ ਦੇਖੀ ਨੇ ਵੀਰੇ, ਇਹਨਾਂ ਕੁਛ ਨਹੀਂ ਬਣਨਾ ਹੈਗਾ, 1.5 ਸਾਲ 2 ਸਾਲ ਖੇਡ ਲਓਗੇ, ਖੁਰਾਕਾਂ ਤੁਹਾਡੇ ਨਾਲ ਐਂਡ ਤੱਕ ਜਾਣੀਆਂ ਨੇ, ਦੇਸੀ ਜਿਹੜੀਆਂ ਪਹਿਲਾਂ ਤੋਂ ਬਜ਼ੁਰਗਾਂ ਨੇ ਖਾਧੀਆਂ ਨੇ, ਸਾਡੇ ਟਾਈਮ ਦੇ ਪਲੇਅਰਾਂ ਨੇ ਖਾਧੀਆਂ ਨੇ, ਹਾਂਜੀ ਉਹ ਨਾਲ ਖਾਣੀਆਂ ਨੇ ਵੀਰੇ, ਆਹ ਤੁਹਾਡੇ ਸ਼ਾਰਟਕੱਟ ਨਹੀਂ ਚੱਲਣੇ ਹੈਗੇ। ਹਾਂ ਇੱਕ ਦੂਜੇ ਨੂੰ ਦੇਖੋ ਦੇਖੀ ਨਾ ਕਰੋ ਇਹ ਕੰਮ, ਨਾਲੇ ਤਾਂ ਬਿਮਾਰੀਆਂ ਲਾਓਗੇ, ਨਾਲੇ ਆਪਣੀ ਜ਼ਿੰਦਗੀ ਤੋਂ ਜਾਓਗੇ, ਘਰਦਿਆਂ ਨੂੰ ਦੁਖੀ ਕਰੋਗੇ। ਬਿਲਕੁਲ, ਬੇਨਤੀ ਆ ਵੀਰੇ ਤੁਹਾਨੂੰ ਇਹ ਕੰਮ ਛੱਡ ਦਿਓ, ਦੇਸੀ ਖੁਰਾਕਾਂ 'ਤੇ ਆ ਜਾਓ, ਬਹੁਤ ਕੁਛ ਆਪਣੇ ਪੰਜਾਬ 'ਚ ਖਾਣ ਨੂੰ। ਬਿਲਕੁਲ ਹਾਂਜੀ, ਬਿਲਕੁਲ ਜੀ। ਸੋ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ, ਤੁਸੀਂ ਸਾਡੇ ਜੋਗਾ ਸਮਾਂ ਕੱਢਿਆ, ਆਪਣੀ ਜ਼ਿੰਦਗੀ ਦੀਆਂ ਬੇਸਕੀਮਤੀ ਗੱਲਾਂ ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ ਕੀਤੀਆਂ। ਧੰਨਵਾਦ ਵੀਰੇ, ਤੁਹਾਡਾ ਵੀ ਧੰਨਵਾਦ, ਬਹੁਤ ਬਹੁਤ। ਸੋ ਦੋਸਤੋ, ਇਹ ਸਨ ਖੇਡ ਕਬੱਡੀ ਦੇ ਪ੍ਰਸਿੱਧ ਰੇਡਰ ਆਪਣੇ ਸਮੇਂ ਦੇ ਪੰਮਾ ਬਵਾਣੀ ਜੀ, ਜਿਨ੍ਹਾਂ ਦੇ ਨਾਲ ਅੱਜ ਆਪਾਂ ਨੇ ਗੱਲਬਾਤ ਕੀਤੀ। ਤੋ ਅਗਲੀ ਵਾਰੀ ਅਸੀਂ ਤੁਹਾਨੂੰ ਕਿਸੇ ਹੋਰ ਕਬੱਡੀ ਖਿਡਾਰੀ ਜਾਂ ਕਿਸੇ ਹੋਰ ਸ਼ਖਸੀਅਤ ਦੇ ਰੂਬਰੂ ਕਰਵਾਵਾਂਗੇ, ਉਦੋਂ ਤੱਕ ਮੈਨੂੰ ਦਿਓ ਆਗਿਆ। ਸਤਿ ਸ਼੍ਰੀ ਅਕਾਲ।